ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਟਿਆਲੇ ਦੇ ਡਿਪਟੀ ਮੇਅਰ ਅਵਾਰਾ ਸਾਂਡ ਪਕੜਨ ਦੀ ਬਜਾਏ ਦੁੱਧ ਦੇਣ ਵਾਲੀਆਂ ਗਾਵਾਂ ਨੂੰ ਪਕੜ ਕੇ ਗਊਸ਼ਾਲਾ ਵਿੱਚ ਬੰਦ ਕਰ ਰਹੇ ਨੇ। ਮੇਅਰ ਸਾਹਿਬ ਜ਼ਬਰਦਸਤੀ ਦੁੱਧ ਦੇਣ ਵਾਲੀਆਂ ਗਾਵਾਂ ਨੂੰ ਹੱਕ ਕੇ ਪਸ਼ੂ ਪਾਲਕਾਂ ਨੂੰ ਤੰਗ ਤੇ ਪਰੇਸ਼ਾਨ ਕਰਦੇ ਨਜ਼ਰ ਆ ਰਹੇ। ਇਹਨਾਂ ਨੂੰ ਪਤਾ ਨਹੀਂ ਕਿ ਪਰੇਸ਼ਾਨੀ ਦਾ ਕਾਰਨ ਸਾਂਡ ਹੈ, ਨਾ ਕਿ ਦੁੱਧ ਦੇਣ ਵਾਲੀਆਂ ਗਾਵਾਂ। ਆਓ ਪਹਿਲਾਂ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ। ਅੱਜ ਮੈਂ ਆਪਣੇ ਅੰਦਰ ਬੰਨ ਲੈਣੀ ਆ, ਮੁੜ ਕੇ ਤੁਹਾਨੂੰ ਗੱਲ ਨਹੀਂ ਕੋਈ ਹੈ ਜੀ। ਹੋਰ ਮੇਰੀ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਮੇਅਰ ਸਾਹਿਬ ਸ਼ਹਿਰ ਦੇ ਵਿੱਚ ਕੁੱਤੇ ਤੇ ਸਾਂਡ ਹੀ ਨੇ ਜੋ ਲੋਕਾਂ ਨੂੰ ਪਰੇਸ਼ਾਨ ਕਰ ਦਿੰਦੇ, ਔਰ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜੋ ਗੰਦਗੀ ਫੈਲਾਉਂਦੀਆਂ ਨੇ, ਉਹਨਾਂ 'ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ। ਵਾਇਰਲ ਵੀਡੀਓ।